ਹੈਲੋ एवरीवन ਵੈਲਕਮ ਟੂ ਸਟੇ ਸ਼ੌਕਟਸ ਹਿਸਟਰੀ ਬਿਕਮਸ ਜੀ ਜੇ ਤੋ ਆਪਾਂ ਲਿਕੇ ਜੀ ਤੁਹਾਡੇ ਲਈ ਨਵੀਂ ਰਿਕਰੂਟਮੈਂਟ ਦਾ ਨੋਟੀਫਿਕੇਸ਼ਨ ਬਹੁਤ ਵੱਡੀ ਰਿਕਰੂਟਮੈਂਟ ਇੱਥੇ ਆਊਟ ਹੋਈ ਹੈ ਡਿਟੇਲ ਇਨਫੋਰਮੇਸ਼ਨ ਆਪਾਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਵਾਂਗੇ ਸੋ ਵੀਡੀਓ ਨੂੰ ਅੰਤ ਤੱਕ ਬਿਨਾ ਸਕਿਪ ਕੀਤੇ ਜ਼ਰੂਰ ਦੇਖਿਓ ਜੇ ਤੱਕ ਤੁਸੀਂ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਟੈਲੀਗ੍ਰam ਚੈਨਲ ਨੂੰ ਜ਼ਰੂਰ ਜੁਆਇਨ ਕਰ ਲਓ ਤਾਂ ਕਿ ਹਰ ਇੱਕ ਨੋਟੀਫਿਕੇਸ਼ਨ ਤੁਹਾਡੇ ਤੱਕ ਟਾਈਮ ਸੇ ਤੇ ਸਭ ਤੋਂ ਪਹਿਲਾਂ ਪਹੁੰਚ ਸਕੇ ਤਾਂ ਸ਼ੁਰੂ ਕਰਦੇ ਜੀ ਆਪਣੀ ਵੀਡੀਓ ਨੂੰ ਕਿੰਨੀਆਂ ਟੋ 59 ਪੋਸਟਾਂ 659 ਟੋਟਲ ਪੋਸਟ ਆਊਟ ਹੋਈਆਂ ਨੇ ਇਹ ਪੋਸਟ ਆਊਟ ਹੋਈਆਂ ਨੇ ਜੀ ਅੱਜ 7 ਜੁਲਾਈ 2021 ਨੂੰ ਅਪਲਾਈ ਤੁਸੀਂ ਕਰ ਸਕਦੇ ਹੋ ਕੱਲ ਤੋਂ 8 ਜੁਲਾਈ 2021 ਤੋਂ ਤੇ 22 ਜੁਲਾਈ 2021 ਇਸ ਦੀ ਲਾਸਟ ਡੇਟ ਰਹੇਗੀ ਫੀਸ ਭਰਨ ਦੀ ਆਖਰੀ ਮਿਤੀ ਰਹੇਗੀ 26 ਜੁਲਾਈ 2021 ਇਹ ਹੈਗੇ ਜੀ ਗਰੁੱਪ ਸੀ ਦੀਆਂ ਤੇ ਗਰੁੱਪ ਸੀ ਦੀਆਂ ਇਹ ਪੋਸਟ ਆਊਟ ਹੋਈਆਂ ਨੇ ਜਿਹਦੇ ਵਿੱਚ ਅਗਰ ਆਪਾਂ ਅਸਾਮੀਆਂ ਦੀ ਗਿਣਤੀ ਦੀ ਗੱਲ ਕਰ ਲਈਏ ਤਾਂ ਜੂਨੀਅਰ ਡਰਾਫਟਮੈਨ ਸਿਵਲ ਦੀਆਂ 585 ਜੂਨੀਅਰ ਡਰਾਫਟਮੈਨ ਮਕੈਨਿਕਲ ਦੀਆਂ 13 ਤੇ ਯੂਨੀਅਨ ਡਰਾਫਟਸਮੈਨ ਦੀ ਆਰਕੀਟੈਕਚਰਲ ਦੀਆਂ 61 ਪੋਸਟਾਂ ਟੋਟਲ ਆਊਟ ਹੋਈਆਂ ਨੇ ਤਾਂ ਟੋਟਲ 659 ਖਾਲੀ ਅਸਾਮੀਆਂ ਨੂੰ ਭਰਨ ਲਈ ਜਿਹੜਾ ਇਸ਼ਤਿਹਾਰ ਜਾਰੀ ਕਰ ਦਿੱਤਾ ਹੈ ਹਾਂਜੀ ਕੈਟਾਗਰੀ ਵਾਈਜ਼ ਤੁਸੀਂ ਇੱਥੇ ਅਸਾਮੀਆਂ ਦਾ ਵੰਡ ਦੇਖ ਸਕਦੇ ਹੋ ਉਹਨਾਂ ਨੇ ਡਿਟੇਲ ਜਿਹੜੀ ਇਹਦੇ ਵਿੱਚ ਦਿੱਤੀ ਹੋਈ ਹੈ ਡਿਪਾਰਟਮੈਂਟਸ ਕਿਹੜੇ-ਕਿਹੜੇ ਹਨ ਡਿਪਾਰਟਮੈਂਟ ਆਫ ਸੋਇਲ ਐਂਡ ਵਾਟਰ ਕਨਜ਼ਰਵੇਸ਼ਨ ਪੰਜਾਬ ਉਸ ਤੋਂ ਬਾਅਦ ਹੈਗਾ ਜੀ ਪੰਚਾਇਤ ਰਾਜ ਪਬਲਿਕ ਵਰਕਸ ਡਿਪਾਰਟਮੈਂਟ ਆਫ ਵਾਟਰ ਐਂਡ ਰਿਸੋਰਸਸ ਪੰਜਾਬ ਪੰਜਾਬ ਵਾਟਰ ਰਿਸੋਰਸਸ ਮੈਨੇਜਮੈਂਟ ਐਂਡ ਡਿਵੈਲਪਮੈਂਟ ਡਿਪਾਰਟਮੈਂਟ ਆਫ ਵਾਟਰ ਸਪਲਾਈ ਐਂਡ ਸੈਨੀਟੇਸ਼ਨ ਪੰਜਾਬ ਕਰਕੇ ਤੁਸੀਂ ਦੇਖ ਸਕਦੇ ਹੋ ਨੋ ਜਿਹੜੇ ਟੋਟਲ ਡਿਪਾਰਟਮੈਂਟ ਹੈ ਪਬਲਿਕ ਵਰਕਸ ਡਿਪਾਰਟਮੈਂਟ ਡਾਇਰੈਕਟਰ ਲੈਂਡ ਰਿਸੋਰਸਸ ਪੰਜਾਬ ਡਿਪਾਰਟਮੈਂਟ ਆਫ ਆਰਕੀਟੈਕਚਰ ਐਂਡ ਡਿਪਾਰਟਮੈਂਟ ਆਫ ਟਾਊਨ ਐਂਡ ਕੰਟਰੀ ਪਲੈਨਿੰਗ ਪੰਜਾਬ ਤਾਂ ਨੋ ਡਿਪਾਰਟਮੈਂਟ ਦੇ ਵਿੱਚ ਟੋਟਲ 659 ਪੋਸਟਾਂ ਇੱਥੇ ਆਊਟ ਕੀਤੀਆਂ ਗਈਆਂ ਨੇ ਹਾਂਜੀ ਤਨਖਾਹ ਦੀ ਅਗਰ ਆਪਾਂ ਗੱਲ ਕਰ ਲਈਏ ਤਾਂ ਇਹਨਾਂ ਨੇ ਤਨਖਾਹ ਇੱਥੇ ਦਿੱਤੀ ਹੈ ਕਿ ਥੋੜੀ ਜਿਹੜੀ ਬੇਸਿਕ ਸਕਿੱਲ ਰਹੇਗੀ ਬੇਸਿਕ ਪੇ ਸਕੇਲ ਰਹੇਗੀ ਔਰੇਗੀ ਜੀ 255 ਤੇ ਉਸ ਦੇ ਵਿੱਚ ਅਗਰ ਆਪਾਂ ਵਿਦਿਅਕ ਯੋਗਤਾ ਦੀ ਗੱਲ ਕਰ ਲਈਏ ਤਾਂ ਯੂਨੀਅਨ ਡਰਾਫਟਮੈਨ ਸਿਵਲ ਦੇ ਲਈ ਤਾਂ ਯੂਨੀਅਨ ਡਰਾਫਟਮੈਨ ਸਿਵਲ ਦੇ ਲਈ ਤੇ ਨਾਲ ਹੀ ਇਹਨਾਂ ਨੇ ਦਿੱਤਾ ਜੀ ਲੜੀ ਨੰਬਰ 1 2 3 4 5 6 7 ਵਾਲੇ ਡਿਪਾਰਟਮੈਂਟ ਦੇ ਵਿੱਚ ਜਿਹੜੀਆਂ ਅਸਾਮੀਆਂ ਉੱਠ ਹੋਈਆਂ ਨੇ ਉਹਦੇ ਲਈ ਜਿਹੜੀ ਤੁਹਾਡੀ ਵਿਦਿਅਕ ਯੋਗਤਾ ਰਹੇਗੀ ਉਹ ਇਹਨਾਂ ਨੇ ਮੰਗੇ ਆ ਜੀ 10th with 2 year national trade certificate in draftsman civil de vich yani ki 10th plus thoda draftsman da certificate jehda sade kol hona chahida tone 3 year diploma kita hove civil engineering de vich ya degree kiti hove civil engineering de vich ya is to vi har qualification agar hai gi hai ta tu esi de vich apply kar sakde ho yani ki 10th plus tode kol 2 ਇਅਰਸ ਦਾ ਨੈਸ਼ਨਲ ਟ੍ਰੇਡ ਸਰਟੀਫਿਕੇਟ ਹੋਣਾ ਚਾਹੀਦਾ ਹੈ ਸਿਵਲ ਡਰਾਫਟਮੈਨ ਦਾ ਤੇ ਨਾਲ ਜਾਂ ਫਿਰ ਤੁਹਾਡੇ ਕੋਲ 3 ਸਾਲ ਦਾ ਡਿਪਲੋਮਾ ਕੀਤਾ ਹੋਇਆ ਹੋਵੇ ਸਿਵਲ ਇੰਜੀਨੀਅਰਿੰਗ ਦੇ ਵਿੱਚ ਜਾਂ ਡਿਗਰੀ ਕੀਤੀ ਹੋਈ ਹੋਵੇ ਜਾਂ ਇਸ ਤੋਂ ਵੀ ਹਾਰ ਕੁਆਲੀਫਿਕੇਸ਼ਨ ਹੋਵੇ ਸਿਵਲ ਇੰਜੀਨੀਅਰਿੰਗ ਦੇ ਵਿੱਚ ਤਾਂ ਤੁਸੀਂ ਇਹਨਾਂ ਪੋਸਟਾਂ ਲਈ ਅਪਲਾਈ ਕਰ ਸਕਦੇ ਹੋ ਜੂਨੀਅਰ ਡਰਾਫਟਮੈਨ ਮਕੈਨੀਕਲ ਦੀ ਗੱਲ ਕਰ ਲਈ ਜੀ ਲੜੀ ਨੰਬਰ 3 ਪੋਸਟਾਂ ਦੇ ਲਈ ਉਹਦੇ ਵਿੱਚ ਵੀ ਦੇਖੋ ਰੱਖਿਆ ਗਿਆ ਕਿ 10th ਪਲੱਸ ਤੁਹਾਡੇ ਕੋਲ ਜਿਹੜਾ ਸਰਟੀਫਿਕੇਟ ਹੋਣਾ ਚਾਹੀਦਾ ਹੈ ਮਕੈਨੀਕਲ ਦਾ ਤੇ ਜਾਂ ਫੇ ਤੁਹਾਡੇ ਪਾਸ ਮਕੈਨੀਕਲ ਦੇ ਵਿੱਚ ਡਿਪਲੋਮਾ ਕੀਤਾ ਹੋਵੇ ਜਾਂ ਡਿਗਰੀ ਕੀਤੀ ਹੋਵੇ ਜਾਂ ਇਸ ਤੋਂ ਵੀ ਹਰ ਕੁਆਲਿਫਿਕੇਸ਼ਨ ਹੋਵੇ ਮਕੈਨੀਕਲ ਦੇ ਵਿੱਚ ਤਾਂ ਤੁਸੀਂ ਇਹਦੇ ਵਿੱਚ ਅਪਲਾਈ ਕਰ ਸਕਦੇ ਹੋ ਆ ਜਾਂਦਾ ਜੀ ਯੂਨੀ ਡਰਾਫਟਮੈਨ ਮਕੈਨੀਕਲ ਦੇ ਵਿੱਚ ਹੀ ਲੜੀ ਨੰਬਰ 8 ਦੀਆਂ ਪੋਸਟਾਂ ਦੇ ਲਈ ਯਾਨੀ ਕਿ ਡਿਪਾਰਟਮੈਂਟ ਜਿਹੜਾ 8 ਨੰਬਰ ਤੇ ਦਿੱਤਾ ਹੋਇਆ ਉਹਦੀਆਂ ਪੋਸਟਾਂ ਦੇ ਲਈ ਉੱਥੇ ਤੁਹਾਡੇ ਕੋਲ 3 ਸਾਲ ਦਾ ਡਿਪਲੋਮਾ ਹੋਣਾ ਚਾਹੀਦਾ ਸ਼ੁੱਡ ਪੋਸੇਸ 3 ਇਅਰਸ ਡਿਪਲੋਮਾ ਇਨ ਆਰਕੀਟੈਕਚਰ ਨਾਲ ਹੀ ਅਵਾਰਡਡ ਬਾਈ ਸਟੇਟ ਬੋਰਡ ਆਫ ਟੈਕਨੀਕਲ ਐਜੂਕੇਸ਼ਨ ਔਰ ਫਰਮਰ ਰਿਕੋਗਨਾਈਜ਼ ਯੂਨੀਵਰਸਿਟੀ ਜਾਂ ਤੁਹਾਡੇ ਪਾਸ ਡਿਗਰੀ ਕੀਤੀ ਵੀ ਹੋਣੀ ਚਾਹੀਦੀ ਹੈ ਜੇ ਆਰਕੀਟੈਕਚਰ ਦੇ ਵਿੱਚ ਜਾਂ ਇਸ ਤੋਂ ਵੀ ਹਾਇਰ ਕੁਆਲੀਫਿਕੇਸ਼ਨ ਤਾਂ ਜਾਂ ਡਿਪਲੋਮਾ ਹੋਵੇ 3 ਸਾਲ ਦਾ ਜਾਂ ਫਿਰ ਤੁਹਾਡੇ ਪਾਸ ਇਹਨਾਂ ਨੇ ਕਿਹਾ ਕਿ ਡਿਗਰੀ ਹੋਵੇ ਜਾਂ ਇਸ ਤੋਂ ਵੀ ਹਾਇਰ ਕੁਆਲੀਫਿਕੇਸ਼ਨ ਹੋਵੇ ਨੈਕਸਟ ਆ ਜਾਂਦਾ ਯੂਨੀਅਨ ਡਰਾਫਟ ਮੈਨ ਆਰਕੀਟੈਕਚਰ ਲੜੀ ਨੰਬਰ 9 ਦੀ ਪੋਸਟ ਦੇ ਲਈ ਸੇਮ ਇਹਦੇ ਵਿੱਚ ਵੀ ਹੈ ਜੀ 3 ਸਾਲ ਦਾ ਤੁਹਾਡੇ ਕੋਲ ਡਿਪਲੋਮਾ ਹੋਵੇ ਆਰਕੀਟੈਕਚਰ ਦਾ ਜਾਂ ਤੁਹਾਡੇ ਉਹਦੇ ਪਾਸ ਤੇ ਤੁਹਾਡੇ ਕੋਲ ਇਹਦੇ ਪਾਸੇ ਡਿਗਰੀ ਹੋਣੀ ਚਾਹੀਦੀ ਹੈ ਤੇ ਨਾਲ ਇੱਥੇ ਇੱਕ ਐਕਸਟਰਾ ਜਿਹੜੀ ਇਹਨਾਂ ਨੇ ਰੱਖੀ ਹੋਈ ਹੈ ਇੱਥੇ ਰਿਕੁਆਇਰਮੈਂਟ ਕਿ ਤੁਹਾਡੇ ਪਾਸ ਸ਼ੁੱਡ ਪੋਜ਼ੇਸ ਮਿਨਿਮਮ 3 ਮੰਥਸ ਸਰਟੀਫਿਕੇਟ ਕੰਪਿਊਟਰ ਕੋਰਸ ਇਨ ਆਟੋ ਸੀਏਡੀ ਸੌਫਟਵੇਅਰ ਤਾਂ ਤੁਹਾਡੇ ਕੋਲ ਇਹ ਕੋਰਸ ਵੀ ਜਿਹੜਾ ਹੈ ਕੀਤਾ ਹੋਇਆ ਹੋਣਾ ਚਾਹੀਦਾ ਤੇ ਇਹ ਇਹਦੇ ਵਿੱਚ ਐਕਸਟਰਾ ਇਹਦੇ ਵਿੱਚ ਰਿਕੁਆਇਰਮੈਂਟ ਰੱਖੀ ਗਈ ਹੈ ਕਦਰ ਦੀ ਮੰਗੀ ਗਈ ਹੈ ਯਾਨੀ ਕਿ ਜੇ ਤੁਸੀਂ ਅਪਲਾਈ ਕਰੋਗੇ ਆਨਲਾਈਨ ਤਾਂ ਤੁਹਾਡੇ ਤੋਂ ਉੱਥੇ preference ਮੰਗੀ ਜਾਏਗੀ ਕਿ ਤੁਸੀਂ ਕਿਹੜੇ ਡਿਪਾਰਟਮੈਂਟ ਦੇ ਵਿੱਚ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਸੱਤ ਥੋੜੇ ਤੋਂ ਉਹਦੇ ਵਿੱਚ ਤਰਜੀਹਾਂ ਮੰਗਿਆ ਜਾਣਗੀਆਂ ਤੇ ਜਿਹੜੀ ਵੀ ਤੁਸੀਂ preference ਇੱਕ ਵਾਰ ਜਿਹੜੀ ਉਹਦੇ ਵਿੱਚ ਫਿਲ ਕਰ ਦੋਗੇ ਤਾਂ ਬਾਅਦ ਦੇ ਵਿੱਚ ਬਦਲੀ ਨਹੀਂ ਜਾਏਗੀ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਜੂਨੀਅਰ ਡਰਾਫਟਮੈਨ ਮਕੈਨੀਕਲ ਵਿੱਚ ਇੱਕ ਵਿਭਾਗ ਹੋਣ ਕਰਕੇ ਇਹਨਾਂ ਅਸਾਮੀਆਂ ਵਿੱਚ ਅਪਲਾਈ ਕਰਦੇ ਟਾਈਮ ਕੋਈ ਵੀ ਤਰਜੀਹ ਤੁਹਾਡੇ ਤੋਂ ਨਹੀਂ ਮੰਗੀ ਜਾਏਗੀ ਜਦੋਂ ਸਿਵਲ ਵਿੱਚ ਅਪਲਾਈ ਕਰਨ ਸਮੇ ਜਿਹੜਾ ਉਮੀਦਵਾਰ ਹੈ ਉਹਨੂੰ 1 ਤੋਂ 7 ਤੱਕ ਤਾਂ ਤੁਸੀਂ ਦੇਖ ਸਕਦੇ ਹੋ ਇਹ ਜਿਹੜਾ ਐਗਜ਼ਾਮਪਲ ਇਹਨਾਂ ਨੇ ਦਿੱਤੀ ਹੈ ਜਿਵੇਂ ਤੁਸੀਂ ਇਹਦੇ ਵਿੱਚ ਲਿਖ ਸਕਦੇ ਹੋ ਕਿ 1 ਤੋਂ 7 ਤੱਕ ਤੁਸੀਂ ਇਸ ਤਰ੍ਹਾਂ ਆਪਣੀ ਪ੍ਰੀਫਰੈਂਸ ਜਿਹੜੀ ਹੈ ਦੇ ਸਕਦੇ ਹੋ ਕੋਈ ਵੀ ਡਿਪਾਰਟਮੈਂਟ ਦੀ ਤੁਸੀਂ ਪ੍ਰੀਫਰੈਂਸ ਦੇ ਸਕਦੇ ਹੋ 7 ਪ੍ਰੀਫਰੈਂਸਿਸ ਤੁਹਾਡੇ ਤੋਂ ਮੰਗੀਆਂ ਜਾਣਗੀਆਂ ਤੇ ਜਿਹੜੇ ਆਪਾਂ ਗੱਲ ਕਰ ਲਈ ਯੂਨੀਅਨ ਡਰਾਫਟਮੈਨ ਜੇ ਆਪਾਂ ਗੱਲ ਕਰ ਲਈ ਯੂਨੀਅਨ ਡਰਾਫਟਮੈਨ ਆਰਕੀਟੈਕਚਰਲ ਦੀ ਤਾਂ ਉੱਥੇ ਤੁਹਾਡੇ ਤੋਂ 2 ਤਰਜੀਹਾਂ ਮੰਗੀਆਂ ਜਾਣਗੀਆਂ ਇਹ ਜਿਹੜਾ ਐਗਜ਼ਾਮਪਲ ਇਹਨਾਂ ਨੇ ਦਿੱਤੀ ਹੈ ਜਿਵੇਂ ਤੁਸੀਂ ਇਹਦੇ ਵਿੱਚ ਲਿਖ ਸਕਦੇ ਹੋ ਕਿ 1 ਤੋਂ 7 ਤੱਕ ਤੁਸੀਂ ਇਸ ਤਰ੍ਹਾਂ ਆਪਣੀ ਪ੍ਰੀਫਰੈਂਸ ਜਿਹੜੀ ਹੈ ਦੇ ਸਕਦੇ ਹੋ ਕੋਈ ਵੀ ਡਿਪਾਰਟਮੈਂਟ ਦੀ ਤੁਸੀਂ ਪ੍ਰੀਫਰੈਂਸ ਦੇ ਸਕਦੇ ਹੋ 7 ਪ੍ਰੀਫਰੈਂਸਿਸ ਤੁਹਾਡੇ ਤੋਂ ਮੰਗੀਆਂ ਜਾਣਗੀਆਂ ਜੇ ਅਪਾ ਗੱਲ ਕਰ ਲਈਏ ਯੂਨੀਅਨ ਡਰਾਫਟਮੈਨ ਆਰਕੀਟੈਕਚਰਲ ਦੀ ਤਾਂ ਉੱਥੇ ਤੁਹਾਡੇ ਤੋਂ 2 ਤਰਜੀਹਾਂ ਮੰਗੀਆਂ ਜਾਣਗੀਆਂ ਹਾਂਜੀ ਉਮਰ ਸੀਮਾ ਦੀ ਗੱਲ ਕਰ ਲਈਏ ਤਾਂ ਉਮਰ ਸੀਮਾ ਜਿਹੜੀ 18 ਤੋਂ 37 ਸਾਲ ਰਹੇਗੀ ਬਾਕੀ ਏਜ ਰਿਲੈਕਸੇਸ਼ਨ ਕੈਟਾਗਰੀ ਵਾਈਜ਼ ਦਿੱਤੀ ਜਾਏਗੀ ਬਾਕੀ ਕੁਝ ਇੰਪੋਰਟੈਂਟ ਪੁਆਇੰਟਸ ਜਿਹੜੇ ਆ ਰਿਜ਼ਰਵੇਸ਼ਨ ਦੇ ਰਿਗਾਰਡਿੰਗ ਯਾਨੀ ਕਿ ਉਹਨਾਂ ਦੇ ਸਰਟੀਫਿਕੇਟਸ ਹੋਣ ਬਾਰੇ ਦਿੱਤੀ ਹੋਈਆਂ ਅਗਰ ਆਪਾਂ ਫੀਸ ਦੀ ਗੱਲ ਕਰ ਲਈਏ ਤਾਂ ਜਨਰਲ ਸੁਤੰਤਰਤਾ ਸੰਗਰਾਮੀ ਤੇ ਖਿਡਾਰੀ ਲਈ ਫੀਸ ਰਹੇਗੀ 1000 ਰੁਪਏ ਸੀਬੀਸੀ ਅਤੇ ਈਡਬਲਯੂਐਸ ਲਈ ਫੀਸ ਰਹੇਗੀ 250 ਰੁਪਏ ਐਕਸ ਸਰਵਿਸਮੈਨ ਐਂਡ ਸੈਲਫ ਐਂਡ ਡਿਪੈਂਡੈਂਟਲੀ ਫੀਸ ਰਹੇਗੀ 200 ਰੁਪਏ ਤੇ ਫਿਜ਼ਿਕਲੀ ਹੈਂਡੀਕੈਪ ਲਈ ਫੀਸ ਰਹੇਗੀ 500 ਰੁਪਏ ਚੋਣ ਵਿਧੀ ਕੀ ਰਹੇਗੀ ਥੋੜਾ ਜਿਹਾ ਇੱਥੇ ਪੇਪਰ ਹੋਏਗਾ ਐਮਸੀਕਿਊ ਟਾਈਪ ਦਾ ਪੇਪਰ ਹੋਏਗਾ प्राप्तकर्ਣ ਵਿੱਚੋਂ ਡਰਾਇੰਗ ਸਕਿੱਲ ਟੈਸਟ ਲਈ ਬੁਲਾਏ ਜਾਣ ਵਾਲੇ ਉਮੀਦਵਾਰ ਦੀ ਗਿਣਤੀ ਸੰਬੰਧੀ ਫੈਸਲਾ ਸਮਰੱਥ ਅਥਾਰਟੀ ਆ ਬੋਰਡ ਵੱਲੋਂ ਲਿਆ ਜਾਏਗਾ ਇਹ ਟੈਸਟ ਕੇਵਲ ਕੁਆਲੀਫਾਈਂਗ ਨੇਚਰ ਦਾ ਹੋਵੇਗਾ ਸੰਬੰਧੀ ਹਦਾਇਤਾਂ ਬੋਰਡ ਦੀ ਵੈੱਬਸਾਈਟ ਤੇ ਅਪਲੋਡ ਕਰ ਦਿੱਤੀਆਂ ਜਾਣਗੀਆਂ ਯੋਗ ਉਮੀਦਵਾਰਾਂ ਦੀ ਚੋਣ ਕਰਨ ਲਈ ਲਿਖਤੀ ਪ੍ਰੀਖਿਆ ਵਿੱਚੋਂ ਪ੍ਰਾਪਤ ਅੰਕ ਦੇ ਆਧਾਰ ਤੇ ਹੀ ਮੈਰਿਟ ਸੂਚੀ ਬਣਾਈ ਜਾਏਗੀ ਕਿ ਇਸ ਦਾ ਜੋ ਸਿਲੇਬਸ ਰਹੇਗਾ ਜੋ ਐਗਜ਼ਾਮ ਪੈਟਰਨ ਰਹੇਗਾ ਜੀ ਉਹ ਆਫੀਸ਼ੀਅਲ ਵੈੱਬਸਾਈਟ ਤੇ ਬਾਅਦ ਦੇ ਵਿੱਚ ਅਪਲੋਡ ਕੀਤਾ ਜਾਏਗਾ ਤੇ ਅੱਗੇ ਦਿੱਤਾ ਜੀ ਅਪਲਾਈ ਕਰਨ ਦੀ ਵਿਧੀ ਕਿ ਤੁਸੀਂ ਕਿਸ ਤਰ੍ਹਾਂ ਅਪਲਾਈ ਕਰ ਸਕਦੇ ਹੋ ਤੇ ਕੁਝ ਹੋਰ ਜ਼ਰੂਰੀ ਸ਼ਰਤਾਂ ਇਹਦੇ ਵਿੱਚ ਦਿੱਤੀਆਂ ਹੋਈਆਂ ਨੇ ਹੁੰਦਾ ਜੀ ਇਹਦੇ ਵਿੱਚ ਕੁਝ ਰਿਟ ਪਟੀਸ਼ਨਸ ਵੀ ਪੋਸਟਾਂ ਨੂੰ ਲੈ ਕੇ ਲੱਗੇ ਹੋਏ ਆ ਕਿਉਂਕਿ ਪਹਿਲਾਂ ਪੋਸਟਾਂ ਨਿਕਲੀਆਂ ਸੀਗੀਆਂ ਜੀ 547 ਉਹਨਾਂ ਪੋਸਟਾਂ ਨੂੰ ਰੱਦ ਕਰਕੇ ਉਹ ਇਸ਼ਤਿਹਾਰ ਰੱਦ ਕਰਕੇ ਨਵੀਆਂ ਇਸ਼ਤਿਹਾਰ ਜਿਹੜਾ ਆਊਟ ਕੀਤਾ ਗਿਆ ਤੇ ਜੋ ਇਸ ਦੇ ਰਿਗਾਰਡਿੰਗ ਰਿਟ ਪਟੀਸ਼ਨਸ ਲੱਗੇ ਹੋਏ ਆ ਸੀ ਉਸ ਦੀ ਜਿਹੜੀ ਸੂਚੀ ਦਿੱਤੀ ਹੋਈ ਹੈ ਪਲੇਸ ਆਫ ਰਿਟਨ ਐਗਜ਼ਾਮੀਨੇਸ਼ਨ ਹਾਂਜੀ ਇਸ ਦੇ ਵਿੱਚ ਆਪਾਂ ਤੁਹਾਨੂੰ ਦੱਸ ਜੀ ਕਿ ਇਸ ਦੇ ਵਿੱਚ ਨੈਗੇਟਿਵ ਮਾਰਕਿੰਗ ਵੀ ਰਹੇਗੀ ਤੁਹਾਡੇ ਐਗਜ਼ਾਮ ਦੇ ਵਿੱਚ ਨੈਗੇਟਿਵ ਮਾਰਕਿੰਗ ਰਹੇਗੀ 25% ਦੀ 1/4th ਦੀ ਨੈਗੇਟਿਵ ਮਾਰਕਿੰਗ ਰਹੇਗੀ ਸਿਲੇਬਸ ਜੇ ਅਗਰ ਆਪਾਂ ਗੱਲ ਕਰ ਲਈਏ ਤਾਂ ਪਹਿਲਾ ਆਏਗਾ ਜੀ ਕੁਆਂਟੀਟੀਵੇ ਅਪਟੀਟਿਊਡ 15 ਨੰਬਰ ਦਾ ਉਸ ਤੋਂ ਪਹਿਲਾਂ ਆਏਗਾ ਜੀ ਟੈਕਨੀਕਲ ਪੋਰਸ਼ਨ ਬੇਸਡ ਔਨ ਪ੍ਰਿਸਕ੍ਰਾਈਬਡ ਸਿਲੇਬਸ ਤਾਂ ਤੁਹਾਡਾ ਜੋ ਵੀ ਤੁਹਾਡਾ ਸਿਲੇਬਸ ਹੈ ਯਾਨੀ ਕਿ ਸਿਵਲ ਵਾਲਿਆਂ ਦਾ ਮਕੈਨੀਕਲ ਵਾਲਿਆਂ ਦਾ ਤਾਂ ਆਰਕੀਟੈਕਚਰ ਵਾਲਿਆਂ ਦਾ ਉਹਨਾਂ ਦਾ ਆਪਣੀ ਸਿਲੇਬਸ ਤੋਂ ਜੋ ਪੇਪਰ ਆਏਗਾ ਉਹ ਹੋਏਗਾ ਜੀ 80 ਨੰਬਰ ਦਾ ਲੈਂਗੁਏਜ ਇੰ ਤੁਸੀਂ ਸਭਾ ਤੁਸੀਂ ਦੇਖ ਸਕਦੇ ਹੋ ਜੀ ਇਹ ਪੂਰਾ ਜਿਹੜਾ ਸਿਲੇਬਸ ਇਹਨਾਂ ਨੇ ਦਿੱਤਾ ਹੋਇਆ ਹੈ ਹਰ ਇੱਕ ਪੋਸਟ ਦੇ ਲਈ ਤੁਸੀਂ ਇਹ ਡਿਟੇਲ ਨੋਟੀਫਿਕੇਸ਼ਨ ਆਪਣੇ ਟੈਲੀਗ੍ਰam ਚੈਨਲ ਤੋਂ ਲੈ ਸਕਦੇ ਹੋ ਜੀ ਟੈਲੀਗ੍ਰam ਚੈਨਲ ਦਾ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦਿੱਤਾ ਹੋਇਆ ਤੇ ਇਹ ਸੀਗੀ ਜੀ ਡਿਟੇਲ ਨੋਟੀਫਿਕੇਸ਼ਨ ਇਸੇ ਕੀ ਜੀ ਡਿਟੇਲ ਵੀਡੀਓ ਪੂਰੀ ਨੋਟੀਫਿਕੇਸ਼ਨ ਦੀ 659 ਟੋਟਲ ਪੋਸਟ ਆਊਟ ਹੋਈਆਂ ਨੇ ਯੂਨੀਅਨ ਡਰਾਫਟਸਮੈਨ ਸਿਵਲ ਮਕੈਨਿਕਲ ਤੇ ਆਰਕੀਟੈਕਚੁਰਲ ਦੀਆਂ ਨੋ ਡਿਪਾਰਟਮੈਂਟ ਦੇ ਵਿੱਚ ਇਹ ਪੋਸਟ ਆਊਟ ਹੋਈਆਂ ਨੇ 8 ਜੁਲਾਈ ਤੋਂ 22 ਜੁਲਾਈ ਤੱਕ ਤੁਸੀਂ ਇਹਨਾਂ ਲਈ ਅਪਲਾਈ ਕਰ ਸਕਦੇ ਹੋ ਕਾਫੀ ਅੱਛਾ ਮੌਕਾ ਹੈ ਜੀ ਸਾਰਿਆਂ ਨੂੰ ਜਿਹੜੇ ਵੀ ਐਲੀਜੀਬਲ ਕੈਂਡੀਡੇਟਸ ਹੈ ਇੰਟਰਸਟਿਡ ਕੈਂਡੀਡੇਟਸ ਹੈ ਉਹਨਾਂ ਨੂੰ ਜ਼ਰੂਰ ਅਪਲਾਈ ਕਰਨਾ ਚਾਹੀਦਾ ਤੇ ਇਸੇ ਕੀ ਜੀ ਇਨਫੋਰਮੇਸ਼ਨ ਆਇਓਪ ਇਨਫੋਰਮੇਸ਼ਨ ਤੁਹਾਡੇ ਲਈ ਯੂਸਫੁਲ ਰਹੀ ਹੋਵੇਗੀ ਪਲੀਜ਼ ਵੀਡੀਓ ਨੂੰ ਲਾਈਕ ਕਰੋ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ बेल आइकॉन जरूर प्रेस कर लेना हर एक इंफॉर्मेशन नो टाइम से पहले सबसे पहले पावन ली ਤੁਸੀਂ ਫੇਸਬੁੱਕ ਤੇ ਟੈਲੀਗ੍ਰਾਮ ਚੈਨਲ ਨੂੰ ਜੁਆਇਨ ਕਰ ਸਕਦੇ ਹੋ ਉਸ ਲਿੰਕ ਤੋਂ ਨੋ ਡਿਸਕ੍ਰਿਪਸ਼ਨ ਬਾਕਸ ਦੇ ਵਿੱਚੋਂ ਮਿਲ ਜਾਏਗਾ ਥੈਂਕ ਯੂ